ਨੰਦੋਤ ਬੰਦ ਨਾਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਮੂਖ ਉਚਰ ਸ਼ਸਤਰ ਖੱਟ ਇੰਗ ਗਿਰਨ ਚੜ ਜਾਏ ਅੰਧ ਲਖੈ ਬਦਰੋਸਨ ਜੋ ਕਾਲ ਕਿਰਪਾ ਕਰਾਏ ਕਹਾਵਤ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤੇ ਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਰਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਪਰਮ ਸਤਿਕਾਰ ਯੋਗ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਚਵਰ ਛਤਰ ਤਖਤਾਂ ਦੇ ਮਾਲਕ ਬਾਲੀਏ ਕੁਲ ਆਲਮ ਸੰਸਾਰ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਕਲਯੁਗੀ ਜੀਵਾਂ ਦੇ ਉੱਤੇ ਤਰਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੱਲ ਤਾਤੀ ਠੰਡਾ ਹਰਨਾਓ ਆਪਣੀ ਪਵਿੱਤਰ ਚਰਨ ਸ਼ਰਨ ਸਤਿਗੁਰਾਂ ਨੇ ਬਖਸ਼ੀ ਕਲਯੁਗ ਦੇ ਅੰਦਰ ਸਤਿਗੁਰੂ ਦੀ ਸ਼ਰਨ ਇੱਦਾਂ ਸਮਝੀਏ ਜਿਵੇਂ ਜੰਗਲ ਨੂੰ ਅੱਗ ਲੱਗੀ ਹੋਵੇ। ਜੰਗਲ ਦੇ ਵਿੱਚ ਦੀ ਇੱਕ ਨਦੀ ਵਗ ਰਹੀ ਹੋਵੇ। ਹੁਣ ਜਿੰਨੇ ਜੰਗਲੀ ਜਾਨਵਰ ਹਨ ਉਹ ਆਪਣੀ ਜਾਨ ਦੇ ਬਚਾਅ ਦੇ ਲਈ ਜਿਹੜੇ ਤਾਂ ਨਦੀ ਵਿੱਚ ਛਾਲਾਂ ਮਾਰ ਜਾਣਗੇ ਉਹ ਆਪਣੀ ਜਾਨ ਬਚਾ ਲੈਣਗੇ, ਜਿਹੜੇ ਨਹੀਂ ਉਹ ਫਿਰ ਅੱਗ ਵਿੱਚ ਸੜ ਜਾਣਗੇ। ਇਹ ਜੋ ਕਲਯੁਗ ਕੱਲ ਤਾਤੀ ਠੰਡਾ ਹਰਨਾਓ ਸੰਸਾਰ ਦੇ ਵਿੱਚ ਦੁਨੀਆਂ ਦੇ ਵਿੱਚ ਕਲਯੁਗ ਦਾ ਪ੍ਰਭਾਵ ਦਿਨੋਂ ਦਿਨ ਵੱਧਦਾ ਜਾ ਰਿਹਾ। ਜਿਹੜੇ ਤਾਂ ਭਾਈ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਣਗੇ ਜਾਂ ਇੱਦਾਂ ਸਮਝ ਲਈਏ ਚੱਕੀ ਚੱਲਦੀ ਹੈ ਕਲਯੁਗ ਦੀ, ਜਿਹੜੇ ਦਾਣੇ ਕਿੱਲੀ ਦੇ ਨਾਲ ਲੱਗ ਜਾਂਦੇ ਨੇ ਉਹ ਵੱਜ ਜਾਂਦੇ ਨੇ,
ਬਾਕੀ ਚੱਕੀ ਆਟਾ ਪੀਸ ਦਿੰਦੀ ਆ। ਇਹ ਕਲਯੁਗ ਰੂਪ ਚੱਕੀ ਗੁਰੂ ਰੂਪ ਕਿੱਲੀ ਦੇ ਨਾਲ ਲੱਗਣ ਵਾਲੇ ਦਾਣੇ ਗੁਰਮੁਖ ਉਹ ਵੱਜ ਜਾਣਗੇ ਕਲਯੁਗ ਦੀ ਚੱਕੀ ਚੋਂ। ਨਹੀਂ ਕਲਯੁਗ ਸਭ ਨੂੰ ਆਪਣੇ ਕਲਕਾਤੀ ਰਾਜੇ ਕਸਾਈ ਧਰਮ ਪੰਥ ਕਰ ਉੱਡ ਰਿਹਾ ਕੂੜ ਅਮਾਵਸ ਚੰਦਰਮਾ ਦੀ ਸੇ ਨਾਹੀ ਕਹਿ ਚੜਿਆ। ਕਲਯੁਗ ਆਪਣੀ ਲਪੇਟ ਦੇ ਵਿੱਚ ਲੈ ਲਵੇਗਾ। ਆਓ ਅੱਜ ਦੇ ਸਮੇਂ ਦੇ ਵਿੱਚ ਬਾਣੀ ਗੁਰਬਾਣੀ ਤੋਂ ਬਿਨਾਂ ਹੋਰ ਰਾਈ ਜਿੰਨੀ ਵੀ ਊਠ ਨਹੀਂ ਆਸਰਾ ਨਹੀਂ। ਜੇ ਵੱਜਣਾ ਭਾਈ ਤਾਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨੀ ਲੱਗ ਜਾਈਏ, ਬਾਣੀ ਦੇ ਲੜ ਲੱਗ ਜਾਈਏ। ਨਹੀਂ ਤਾਂ ਆਪਾਂ ਵੇਖਦੇ ਹਾਂ ਕਲਯੁਗ ਦੇ ਵਿੱਚ ਇਹਨਾਂ ਪਾਪਾਂ ਦੇ ਵਿੱਚ ਜੀਵ ਪ੍ਰਵਿਰਤ ਹੁੰਦਾ ਜਾ ਰਿਹਾ, ਜਿਹੜੇ ਤਾਂ ਭਾਈ ਗੁਰੂ ਦੇ ਗੁਰਬਾਣੀ ਦੇ ਲੜ ਲੱਗਦੇ ਨੇ, ਬਾਣੀ ਨੂੰ ਸੁਣਦੇ ਨੇ, ਬਾਣੀ ਨੂੰ ਪਵਾਉਂਦੇ ਨੇ, ਉਹਨਾਂ ਲਈ ਤਾਂ ਹੈ ਸਤਿਯੁਗ। ਜਾਂ ਇੱਦਾਂ ਵੀ ਕਹਿ ਲਈਏ ਕਿ ਸਤਿਯੁਗ ਤਾਂ ਵੀ ਉੱਤਮ। ਕੁਝ ਗੱਲਾਂ ਕਲਯੁਗ ਦੇ ਵਿੱਚ ਇਹ ਚੰਗੀਆਂ ਨੇ, ਪਹਿਲੇ ਸਮਿਆਂ ਦੇ ਵਿੱਚ ਪਹਿਲੇ ਯੁੱਗਾਂ ਦੇ ਵਿੱਚ ਕਹਿੰਦੇ ਜੇ ਇੱਕ ਜਣਾ ਪਾਪ ਕਰਦਾ ਤਾਂ ਪਾਪ ਸਾਰੇ ਦੇਸ਼ ਨੂੰ ਲੱਗਦਾ, ਫਿਰ ਕਹਿੰਦੇ ਪਾਪ ਕਰਦਾ ਨਗਰ ਨੂੰ ਲੱਗਦਾ, ਫਿਰ ਪਾਪ ਕਰਦਾ ਪਰਿਵਾਰ ਨੂੰ ਲੱਗਦਾ। ਕਹਿੰਦੇ ਕਲਯੁਗ ਇਹੋ ਜਿਹਾ, ਕਹਿੰਦੇ ਇਹ ਕਹਿ ਕਰੇ ਸੋ ਇਹ ਕਰ ਪਾਏ। ਆਓ ਗੁਰੂ ਦੇ ਸ਼ਰਨੀ ਲੱਗੀਏ, ਬਾਣੀ ਦੇ ਲੜ ਲੱਗੀਏ, ਸਤ ਸੰਗਤ ਦੇ ਨਾਲ ਜੁੜੀਏ। ਸਤ ਸੰਗਤ ਇਹੋ ਜਿਹਾ ਹੈ ਜਿਹੜਾ ਸਾਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰਮੁਖ ਜਨ ਸਾਧੂ ਜਨ ਨਾਮ ਦੇ ਨਾਲ ਜੋੜ ਕੇ ਸਾਡਾ ਉਧਾਰ ਕਰਦੇ ਨੇ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤ੍ਰਿਪਾਰ। ਸੋ ਲਵਾਈਏ ਹਾਜ਼ਰੀਆਂ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਸਾਹਿਬ ਦੀ ਕਿਰਪਾ ਸਦਕਾ ਭਾਈ ਸੱਤਵੀਂ ਅਸ਼ਟਪਦੀ ਸ੍ਰੀ ਸੁਖਮਨੀ ਸਾਹਿਬ ਦੀ ਵਿਚਾਰ ਚੱਲ ਰਹੀ ਹੈ। ਵਾਹਿਗੁਰੂ ਸਾਹਿਬ ਜੀ ਸਤਿਗੁਰੂ ਸਿੰਘ ਜੀ ਪਾਤਸ਼ਾਹ ਕਿਰਪਾ ਕਰ ਰਹੇ ਨੇ। ਸਾਧ ਕੈ ਸੰਗ ਸਭ ਕੁੱਲ ਉਧਾਰੈ, ਕਹਿੰਦੇ ਭਾਈ ਸਾਧੂ ਭਾਵ ਗੁਰਮੁਖ ਜਨਾਂ ਦੀ ਗੁਰੂ ਸਾਹਿਬ ਦੀ ਸੰਗਤ ਕਰਕੇ ਜੀਵ ਆਪਣੀਆਂ ਕੁੱਲਾਂ ਦਾ ਵੀ ਉਧਾਰ ਕਰ ਸਕਦਾ। ਆਪਦੇ ਤਰਨ ਦੇ ਵਿੱਚ ਕੋਈ ਸ਼ੰਕਾ ਨਹੀਂ, ਇਹ ਕੁੱਲਾਂ ਦਾ ਵੀ ਉਧਾਰ ਕਰ ਲੈਂਦਾ ਹੈ, ਪਰ ਗੁਰੂ ਦੀ ਸ਼ਰਣੀ ਲੱਗ ਜਾਵੇ, ਗੁਰੂ ਨੂੰ ਸਮਰਪਿਤ ਹੋ ਕੇ। ਸਤਿਗੁਰੂ ਕਹਿੰਦੇ ਭਾਈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ,
ਮਿੱਤਰ ਕੁਟੰਬ ਪਰਿਵਾਰ ਕਹਿੰਦੇ ਉਹ ਵੀ ਤਰ ਸਕਦੇ ਨੇ। ਸਾਜਨ ਮੀਤ ਕੁਟੰਬ ਨਿਸਤਾਰ ਹੁਣ ਤਰਨਗੇ ਤਾਂ ਜੀ ਉਹ ਵੀ ਸੰਗਤ ਕਰਨ। ਦਰਅਸਲ ਆਪਾਂ ਵੇਖਦੇ ਹਾਂ ਨਾ ਜਿੱਧਰ ਆਪਣਾ ਕੋਈ ਸੰਬੰਧੀ ਸਾਗ ਜਾਂਦਾ ਹੋਵੇ ਆਪਾਂ ਉੱਧਰ ਨੂੰ ਚੱਲ ਪੈਂਦੇ ਹਾਂ, ਮਾੜੇ ਪਾਸੇ ਜਾ ਰਿਹਾ ਉੱਧਰ ਨੂੰ ਹੋ ਜਾਂਦਾ ਪਰਿਵਾਰ ਸਾਰਾ, ਚੰਗੇ ਪਾਸੇ ਜਾਂਦਾ। ਇਸੇ ਕਰਕੇ ਕਹਿੰਦੇ ਭਾਈ ਜੇ ਤਾਂ ਲੱਗ ਗਿਆ ਗੁਰੂ ਦੀ ਚਰਨੀ, ਗੁਰੂ ਦੇ ਲੜ ਲੱਗ ਗਿਆ, ਸਤਸੰਗਤ ਕਰਦਾ, ਬਾਣੀ ਪੜ੍ਹਦਾ, ਨਾਮ ਜਪਦਾ, ਉਹ ਆਪਣੇ ਸਾਕ ਸੰਬੰਧੀਆਂ ਨੂੰ ਵੀ ਆਪ ਜਪਿਆ ਵਰ ਨਾਮ ਜਪਾਵੇ ਦਾ ਉਪਦੇਸ਼ ਦਿੰਦਾ, ਫਿਰ ਉਹ ਆਪ ਵੀ ਤਰ ਜਾਂਦਾ ਆਪਣੇ ਸਾਕ ਸੰਬੰਧੀਆਂ ਨੂੰ। ਸਾਜਨ ਮੀਤ ਕੁਟੰਬ ਆਦਿ ਸਾਰਿਆਂ ਨੂੰ ਕਹਿੰਦੇ ਤਾਰ ਲੈਂਦਾ ਹੈ। ਸਾਧੂ ਕੈ ਸੰਗ ਸੋ ਧਨ ਪਾਵੈ, ਕਹਿੰਦੇ ਭਾਈ ਸਾਧੂ ਦੇ ਸੰਗਤ ਕਰਕੇ ਕਹਿੰਦੇ ਉਹ ਨਾਮ ਰੂਪੀ ਧਨ ਦੌਲਤ ਨੂੰ ਪਾਉਣਾ ਕਰਦਾ ਹੈ। ਜਿਸ ਧਨ ਤੇ ਸਭ ਕੋ ਰਸਾਵੈ, ਕਹਿੰਦੇ ਜਿਸ ਨਾਮ ਰੂਪੀ ਧਨ ਦੇ ਨਾਲ ਉਹ ਹੋਰਾਂ ਨੂੰ ਵੀ ਕਈਆਂ ਨੂੰ ਵੀ ਵਰਸਾਵੇ ਦਾ ਅਰਥ ਹੈ ਲਾਭ ਉਠਾਉਣਾ ਕਰਦਾ ਹੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਕਹਿੰਦੇ ਭਾਈ ਸਾਧ ਸੰਗਤ ਦੇ ਸੰਗੀਆਂ ਦੀ ਜਿਹੜੇ ਭਾਈ ਸਤ ਸੰਗਤ ਕਰਦੇ ਨੇ, ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਭਾਈ ਗੁਰਮੁਖ ਜਨਾਂ ਦੀ ਸਾਧੂ ਜਨਾਂ ਦੀ ਸੰਗਤ ਕਰਨ ਵਾਲਿਆਂ ਦੀ ਧਰਮ ਰਾਏ ਕਰੇ ਸੇਵਾ। ਕਹਿੰਦੇ ਪਰਲੋਕ ਦੇ ਵਿੱਚ ਉਹਨਾਂ ਨੂੰ ਤਰਕਾਰਾਂ ਨਹੀਂ ਪੈਂਦੀਆਂ। ਰੇ ਰੇ ਦਰਗਹਿ ਕਹਿ ਨਾ ਕੋ, ਉਹਨਾਂ ਨੂੰ ਕੀ ਹੁੰਦਾ ਆਓ ਬੈਠ ਆਦਰ ਸ਼ੁਭ ਦਿਓ, ਕਹਿੰਦੇ ਮਾਣ ਸਨਮਾਨ ਮਿਲਦਾ ਉਹਨਾਂ ਨੂੰ, ਮਾਣ ਸਨਮਾਨ ਮਿਲਦਾ। ਸਤਿਗੁਰਾਂ ਦਾ ਪ੍ਰਮਾਣ ਹੈ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮਰਾਰ, ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਹਾਰ। ਕਹਿੰਦੇ ਭਾਈ ਉਹਨਾਂ ਦੀ ਸੇਵਾ ਅੱਗੇ ਧਰਮ ਰਾਜਾ ਵੀ ਕਰਦਾ। ਸਾਧ ਕੈ ਸੰਗ ਸ਼ੋਭਾ ਸੁਰ ਦੇਵਾ, ਜਿਵੇਂ ਭਾਈ ਗੁਰਦਾਸ ਜੀ ਦੱਸਦੇ ਨੇ ਕਹਿੰਦੇ ਰਾਜਾ ਜਨਕ, ਰਾਜਾ ਜਨਕ ਇੱਕ ਬੜਾ ਧਰਮੀ ਰਾਜਾ ਹੋਇਆ। ਕਹਿੰਦੇ ਉਹਨੇ ਜਦੋਂ ਸੰਸਾਰ ਛੱਡ ਕੇ ਗਿਆ, ਗੁਰਮੁਖ ਸੀ, ਪ੍ਰਜਾ ਨੂੰ ਸੁੱਖ ਦਿੱਤਾ, ਰਾਜੇ ਹੁੰਦਿਆਂ ਹੋਇਆਂ ਵੀ ਪਰਮਾਤਮਾ ਦੀ ਬੰਦਗੀ ਕੀਤੀ। ਕਹਿੰਦੇ ਰਾਜੇ ਜਨਕ ਨੇ ਕਹਿਣਾ ਕੀਤਾ ਜਦੋਂ ਅੱਗੇ ਧਰਮ ਰਾਜੇ ਦੀ ਪੁਰੀ ਦੇ ਵਿੱਚ ਗਿਆ, ਉੱਥੇ ਹਿਸਾਬ ਕਿਤਾਬ ਹੁੰਦਾ, ਕਿਸੇ ਨੂੰ ਪੱਖ ਕੱਢਿਆ ਜਾਂਦਾ, ਕਿਸੇ ਨੂੰ ਪਾਪ ਪੁੰਨੀਆਂ ਦਾ
ਰਾਜੇ ਨੂੰ ਦੂਜੇ ਪਾਸੇ ਕੱਢ ਲਿਆ ਜਿੱਧਰ ਪੁੰਨੀ ਖੜੇ ਨੇ, ਨਾਮ ਜਪਣ ਵਾਲੇ ਖੜੇ ਨੇ। ਰਾਜਾ ਜਰਗ ਕਹਿੰਦੇ ਕਹਿੰਦੇ ਵੀ ਇਹ ਲੋਕਾਂ ਨੂੰ ਇੰਨੀ ਗਿਣਤੀ ਹੈ ਕਿੱਧਰ, ਇਹਨਾਂ ਤੇ ਕਿਉਂ ਮਾਰਾਂ ਪੈ ਰਹੀਆਂ ਨੇ। ਕਹਿੰਦੇ ਜੀ ਇਹਨਾਂ ਨੇ ਗੁਨਾਹ ਕੀਤੇ ਨੇ, ਕਹਿੰਦੇ ਇੱਧਰ ਇੰਨੀਆਂ ਕੂਕਾਂ, ਕਹਿੰਦੇ ਇੱਧਰ ਨਰਕਾਂ ਦੇ ਕੁੰਡ ਨੇ। ਉਹ ਕਹਿੰਦੇ ਵੀ ਮੈਂ ਤਾਂ ਇੱਧਰ ਜਾਣਾ। ਉਹ ਕਹਿੰਦੇ ਨਹੀਂ ਇੱਧਰ ਨਹੀਂ ਜਾਣਾ, ਤੇਰਾ ਰਸਤਾ ਹੋਰ ਆ, ਤੂੰ ਧਰਮ ਕਮਾਇਆ। ਭਾਈ ਗੁਰਦਾਸ ਜੀ ਦੱਸਦੇ ਨੇ ਧਰਮ ਰਾਏ ਨੂੰ ਆਖਿਆ, ਕਹਿੰਦੇ ਧਰਮ ਰਾਜ ਨੂੰ ਕਹਿੰਦਾ ਮੈਂ ਤਾਂ ਇੱਧਰ ਜਾਣਾ। ਚਲੇ ਗਏ ਉੱਥੇ ਜਿਹੜੇ ਪਾਪੀ ਲੋਕ ਨੇ ਉਹਨਾਂ ਤੇ ਮਾਰਾਂ ਪੈਂਦੀਆਂ ਨੇ, ਜ਼ੁਲਮ ਹੋ ਰਹੇ ਨੇ। ਧਰਮ ਰਾਜ ਨੂੰ ਕਹਿਣ ਲੱਗੇ, ਭਾਈ ਗੁਰਦਾਸ ਜੀ ਦੱਸਦੇ ਨੇ ਧਰਮ ਰਾਏ ਨੂੰ ਆਖਿਆ ਸਭਨਾ ਦੀ ਕਰਵੰਦ ਖਲਾਸੀ, ਕਹਿੰਦੇ ਆਹ ਤਾਂ ਬਹੁਤ ਮਾੜਾ ਕੰਮ ਆ, ਇਹ ਲੋਕਾਂ ਨੂੰ ਇੰਨਾ ਕਿਉਂ ਸਜ਼ਾ ਦਿੱਤੀ ਜਾ ਰਹੀ ਆ। ਉਹ ਕਹਿੰਦੇ ਜੀ ਇਹਨਾਂ ਦੇ ਕਰਮ ਨੇ, ਇਹਨਾਂ ਦੇ ਕਰਮਾਂ ਦਾ ਫਲ ਮਿਲ ਰਿਹਾ। ਕਹਿੰਦੇ ਵੀ ਇਹਨਾਂ ਨੂੰ ਤਾਂ ਛੱਡ ਦੋ। ਕਹਿੰਦੇ ਇੱਦਾਂ ਕਿਵੇਂ ਛੱਡੇ ਜਾਣ, ਉੱਥੇ ਸੱਚੋ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ। ਉੱਥੇ ਮਾਰਾਂ ਪੈ ਰਹੀਆਂ ਨੇ, ਕਹਿੰਦੇ ਵੀ ਨਹੀਂ ਇਹਨਾਂ ਨੂੰ ਛੱਡ ਦੇਵੋ, ਮੈਥੋਂ ਇਹਨਾਂ ਦਾ ਦੁੱਖ ਨਹੀਂ ਸਿਹਾ ਜਾਂਦਾ। ਉਹ ਕਹਿੰਦੇ ਇਹ ਆਪਣੇ ਕਰਮਾਂ ਕਰਕੇ ਨਰਕ ਕੁੰਭੀ ਨਰਕਾਂ ਦੇ ਅਧਿਕਾਰੀ ਨੇ, ਇਹਨਾਂ ਨੇ ਸੰਸਾਰ ਤੇ ਦੁਨੀਆਂ ਤੇ ਭੇਜਿਆ, ਇਹਨਾਂ ਨੇ ਕੋਈ ਚੰਗਾ ਕਰਮ ਨਹੀਂ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਧਰਮ ਰਾਏ ਨੂੰ ਆਖਿਆ ਸਭਨਾ ਦੀ ਕਰਵੰਦ ਖਲਾਸੀ। ਅੱਗੋ ਧਰਮ ਰਾਜਾ ਕੀ ਕਹਿੰਦਾ, ਕਰੇ ਬੇਨਤੀ ਧਰਮ ਰਾਏ ਹੋ ਸੇਵਕ ਠਾਕੁਰ ਅਵਿਨਾਸੀ, ਕਹਿੰਦਾ ਮੈਂ ਤਾਂ ਡਿਊਟੀ ਲੱਗੀ ਹੋਈ ਆ, ਮੈਨੂੰ ਤਾਂ ਸਿਰਫ ਡਿਊਟੀ ਲੱਗੀ ਹੋਈ ਆ ਕਰਮਾਂ ਦਾ ਹਿਸਾਬ ਕਿਤਾਬ ਕਰਨ ਦੀ, ਇਹ ਅਧਿਕਾਰ ਤਾਂ ਪਰਮਾਤਮਾ ਕੋਲ ਆ। ਕਹਿੰਦੇ ਫਿਰ ਉਸ ਵਕਤ ਕਹਿੰਦੇ ਵੀ ਮੈਂ ਜੀ ਅੱਗੇ ਜਾਣਾ, ਮੈਂ ਵੀ ਨਰਕਾਂ 'ਚ ਰਹੂੰਗਾ। ਉਹ ਕਹਿੰਦੇ ਨਹੀਂ ਨਹੀਂ ਤੁਸੀਂ ਤਾਂ ਬੜੇ ਚੰਗੇ ਕੰਮ ਕੀਤੇ ਨੇ, ਤੁਹਾਨੂੰ ਕਿਉਂ। ਉਹ ਕਹਿੰਦੇ ਵੀ ਜੇ ਮੈਨੂੰ ਛੱਡਣਾ ਤਾਂ ਇਹਨਾਂ ਨੂੰ ਵੀ ਛੱਡੋ। ਕਹਿੰਦੇ ਵੀ ਕੋਈ ਹੈ ਹੱਲ ਇਹਨਾਂ ਨੂੰ ਛੱਡਣ ਦਾ, ਕਹਿੰਦੇ ਹੈ। ਕਹਿੰਦੇ ਇਹਨਾਂ ਨੇ ਤਾਂ ਨਹੀਂ ਨਾਮ ਜਪਿਆ, ਕੋਈ ਆਪਣੀ ਕਮਾਈ ਦੇ ਵਿੱਚੋਂ ਗੁਰਮੁਖ ਜਨ ਮਹਾਂਪੁਰਖ ਕੋਈ ਸਾਧੂ ਜਾਨਾ ਆਪਣੀ ਕਮਾਈ ਦਾ ਫਲ ਦੇ ਦੇਵੇ। ਕਹਿੰਦੇ ਉਸ ਵਕਤ ਫਿਰ ਕੀ ਹੋਇਆ, ਧਨ ਧਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨ ਨੇ ਪਾਪੀ ਤਰੇ ਅਨੇਕ। ਕਹਿੰਦੇ ਵੀ ਐਂ ਕਰੋ, ਮੇਰੀ ਕਮਾਈ ਦੇ ਵਿੱਚੋਂ ਇੱਕ ਘੜੀ ਦਾ ਸਿਮਰਨ ਅਭਿਆਸ ਇਹਨਾਂ ਨੂੰ ਦੇ ਦੇਵੋ, ਔਰ ਇਹਨਾਂ ਦੀ ਬੰਦ ਖਲਾਸੀ ਕਰ ਦੇਵੋ, ਇਹਨਾਂ ਨੂੰ ਛੱਡ ਦੇਵੋ। ਕਹਿੰਦੇ ਉਸ ਵਕਤ ਜਦੋਂ ਤੱਕੜੀ ਦੇ ਵਿੱਚ ਪਾਸਕ ਪਾਇਆ, ਇੱਕ ਪਾਸੇ ਇੱਕ ਘੜੀ ਦਾ ਸਿਮਰਨ, ਇੱਕ ਪਾਸੇ ਕਰੋੜਾਂ ਜੀਵਾਂ ਦੇ ਪਾਪ, ਕਹਿੰਦੇ ਪਾਸਕ ਵੀ ਬਰਾਬਰ ਵੀ ਨਾ ਹੋ ਸਕਿਆ। ਫਿਰ ਨਾਮ ਦੀ ਬਰਕਤ ਸਦਕਾ ਉਹਨਾਂ ਨੇ ਕਹਿੰਦੇ ਸਾਰੇ ਜੀਵਾਂ ਦੀ ਵੰਦ ਖਲਾਸੀ ਕਰ ਦਿੱਤੀ।
ਸਤਿਗੁਰੂ ਇਸੇ ਕਰਕੇ ਕਹਿੰਦੇ ਨੇ ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕਹਿ ਸੰਗ ਸੋਭਾ ਸੁਰਦੇਵਾ। ਕਹਿੰਦੇ ਭਾਈ ਸਤਸੰਗੀਆਂ ਦੇ ਸੋਭਾ ਸੁਰਦੇਵਾ, ਸੁਰਦੇਵਾ ਕਹਿੰਦੇ ਨੇ ਦੇਵਤਿਆਂ ਨੂੰ, ਕਹਿੰਦੇ ਰਾਜੇ ਇੰਦਰ ਵਰਗੇ ਵੀ ਫਿਰ ਕਹਿੰਦੇ ਉਹਨਾਂ ਦੀ ਵਡਿਆਈ ਕਰਦੇ ਨੇ, ਸ਼ੋਭਾ ਕਰਦੇ ਨੇ। ਸਾਧੂਆਂ ਦੀ ਸੰਗਤ ਕਰਕੇ ਕਹਿੰਦੇ ਪੁਰਖ ਤਰ ਜਾਂਦਾ ਹੈ, ਉਹਨਾਂ ਦੀ ਲੋਕ ਦੇ ਵਿੱਚ ਹਰ ਮਨ ਤਨ ਵਸਿਆ ਸੋਈ। ਜੈ ਜੈਕਾਰ ਕਰੇ ਸਭ ਕੋਈ, ਇੱਥੇ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਸਾਧੂ ਕਹਿ ਸੰਗ ਪਾਪ ਪਲਾਇਨ, ਪਲਾਇਨ ਦਾ ਅਰਥ ਹੈ ਭੱਜ ਜਾਂਦੇ ਨੇ। ਕਹਿੰਦੇ ਸਤਸੰਗਤ ਕਰਨ ਵਾਲੇ ਸਾਧੂ ਜਨਾਂ ਦੀ, ਗੁਰਮੁਖ ਜਨਾਂ ਦੀ, ਸਤਿਗੁਰਾਂ ਦੀ ਸੰਗਤ ਕਰਨ ਵਾਲਿਆਂ ਦੇ ਪਾਪ ਭੱਜ ਜਾਂਦੇ ਨੇ। ਜਿਵੇਂ ਫਰਮਾਨ ਹੈ ਬਾਣੀ ਦਾ, ਸਾਧੂ ਕੀ ਜੋ ਬੋਲੇ ਓਟ, ਤੇਰੇ ਮਿਟ ਹੈ ਪਾਪ ਸਭ ਕੋਟ ਕੋਟ। ਬਸੰਤ ਦੀ ਵਾਰ ਦਾ ਸ਼ਬਦ ਆ ਪਾਇਆ ਭਗਤ ਰਵਿਦਾਸ ਜੀ ਮਹਾਰਾਜ ਦਾ। ਕਹਿੰਦੇ ਭਾਈ ਸਾਧੂ ਕੀ ਜੋ ਲੈ ਓਟ, ਕਹਿੰਦੇ ਜਿਹੜੇ ਭਾਈ ਓਟ ਲੈਂਦੇ ਨੇ ਸਾਧੂ ਦੀ, ਤੇਰੇ ਮਿਟ ਹੈ ਪਾਪ ਸਭ ਕੋਟ ਕੋਟ, ਕਹਿੰਦੇ ਤੇਰੇ ਕਰੋੜਾਂ ਪਾਪ ਮਿਟ ਜਾਣਗੇ। ਸਤਸੰਗਤ ਕਰਨ ਵਾਲਿਆ ਵਿਸ਼ਵਾਸ ਰੱਖ ਮਨ ਵਿੱਚ, ਸੰਗਤ ਦਾ ਏਡਾ ਵੱਡਾ ਪ੍ਰਤਾਪ। ਸਾਧੂ ਕਹਿ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਕਹਿੰਦੇ ਭਾਈ ਸਤਸੰਗਤ ਦੇ ਵਿੱਚ ਅੰਮ੍ਰਿਤ ਰੂਪ ਗੁਣਾਂ ਨੂੰ ਗਾਇਨ ਗਾਉਣਾ ਕਰੀਦਾ ਹੈ। ਸਾਧ ਕੈ ਸੰਗ ਸਰਬਥਾਨ ਗਮ, ਸਾਧੂ ਦੀ ਸੰਗਤ ਕਰਕੇ ਕਹਿੰਦੇ ਸਾਰੇ ਅਸਥਾਨਾਂ ਵਿੱਚ ਜੀਵ ਗਮ ਅਗਮਤਾ ਭਾਵ ਜਾਣ ਲਾਇਕ ਹੋ ਜਾਂਦਾ ਹੈ। ਜਿਵੇਂ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਸੱਚ ਖੰਡ ਸਾਰਿਆਂ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨਾਨਕ ਸਾਧ ਕੈ ਸੰਗ ਸਫਲ ਜਨਮ। ਕਹਿੰਦੇ ਭਾਈ ਉਹਨਾਂ ਦਾ ਜਨਮ ਕਹਿੰਦੇ ਸਫਲਾ ਹੋ ਜਾਂਦਾ ਸਤਸੰਗਤ ਕਰਨ ਵਾਲਿਆਂ ਦਾ। ਪੰਡਿਤ ਨਿਤਿਆ ਆਨੰਦ ਅਤੇ ਗੁਰਸਿੱਖਾਂ ਦੀ ਇੱਕ ਸਾਖੀ ਆਉਂਦੀ ਹੈ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਵਿਰਾਜ ਰਹੇ ਹਨ। ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬਟਾਲੇ ਦਾ ਰਹਿਣ ਵਾਲਾ ਪੰਡਿਤ ਨਿਤਿਆਨੰਦ ਗਰੜ ਪ੍ਰਾਣ ਦੀ ਕਥਾ ਸੁਣਾ ਰਿਹਾ ਸੀ। ਇੱਕ ਦਿਨ ਕਥਾ ਦੇ ਪ੍ਰਸੰਗ ਦੇ ਵਿੱਚ ਪੰਡਿਤ ਜੀ ਨੇ ਕਿਹਾ ਕਿ ਮਰਨ ਉਪਰੰਤ ਪੁੰਨੀ ਲੋਕ ਪਾਲਕੀਆਂ ਵਿੱਚ ਬੈਠ ਕੇ ਅਤੇ ਪਾਪੀ ਲੋਕ ਦੁੱਖ ਭੋਗਦੇ ਹਨ। ਦੁੱਖ ਭੋਗਦੇ ਹੋਏ ਇੱਕ ਸਾਲ ਦੇ ਵਿੱਚ ਪਰਲੋਕ ਜਾਂਦੇ ਨੇ। ਗਰੜ ਪ੍ਰਾਣ ਦਾ ਪੰਡਿਤ ਨਿਤਿਆਨੰਦ ਕਥਾ ਕਰ ਰਿਹਾ। ਮਾਤ ਲੋਕ ਤੋਂ ਕਹਿੰਦਾ ਪਰਲੋਕ 86,000 ਯੋਜਨ ਹੈ। ਜਦੋਂ ਇਹ ਕਥਾ ਕਰਨ ਉਪਰੰਤ ਪੰਡਿਤ ਜੀ ਬਾਹਰ ਆਏ ਤਾਂ ਉਹਨਾਂ ਨੇ ਚਾਰ ਸਿੱਖਾਂ ਨੂੰ ਆਪਸ ਵਿੱਚ ਚਰਚਾ ਕਰਦਿਆਂ ਸੁਣਿਆ। ਇੱਕ ਸਿੱਖ ਭਾਈ ਸੁੰਦਰ ਜੀ ਕਹਿ ਰਹੇ ਹਨ
ਕਿ ਜੋ ਪਰਲੋਕ ਦਾ ਰਸਤਾ ਪੰਡਿਤ ਜੀ ਇੱਕ ਸਾਲ ਦਾ ਦੱਸਿਆ, ਪਰ ਮੈਂ ਗੁਰੂ ਦੀ ਕਿਰਪਾ ਸਦਕਾ ਉੱਥੇ ਚਾਰ ਪੈਰਾਂ ਵਿੱਚ ਪਹੁੰਚ ਸਕਦਾ ਹਾਂ। ਦੂਜਾ ਸਿੱਖ ਭਾਈ ਲਾਲਾ ਨੇ ਕਿਹਾ ਕਿ ਚਾਰ ਪੈਰ ਵੀ ਜ਼ਿਆਦਾ ਹਨ, ਮੈਂ ਦੋ ਪੈਰ ਵਿੱਚ ਪਹੁੰਚ ਸਕਦਾ ਹਾਂ। ਤੀਜਾ ਭਾਈ ਮਈਆ ਜੀ ਨੇ ਕਿਹਾ ਕਿ ਮੈਂ ਇੱਕ ਪੈਰ ਵਿੱਚ ਪਹੁੰਚ ਸਕਦਾ ਹਾਂ। ਅਖੀਰ ਭਾਈ ਨਿਹਾਲਾ ਜੀ ਬੋਲੇ ਕਿ ਗੁਰਸਿੱਖੋ, ਗੁਰੂ ਜੀ ਦੀ ਬਖਸ਼ਿਸ਼ ਸਦਕਾ ਮੈਂ ਇੱਕ ਪਲ ਵਿੱਚ ਹੀ ਪਰਲੋਕ ਪਹੁੰਚ ਸਕਦਾ ਹਾਂ। ਗੁਰਸਿੱਖਾਂ ਦੀਆਂ ਇਹ ਗੱਲਾਂ ਸੁਣ ਕੇ ਪੰਡਿਤ ਬਹੁਤ ਹੈਰਾਨ ਹੋਇਆ ਅਤੇ ਸ਼ਾਸਤਰੀ ਵਚਨਾਂ ਦੇ ਵਿਪਰੀਤ ਸੁਣ ਕੇ ਕ੍ਰੋਧਿਤ ਵੀ ਹੋਇਆ। ਪੰਡਿਤ ਜੀ ਨੇ ਜਾ ਕੇ ਸਤਿਗੁਰਾਂ ਪਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ ਕਿ ਧਰਮ ਸ਼ਾਸਤਰ ਝੂਠੇ ਹਨ, ਜੋ ਮੈਂ ਸੁਣਾਇਆ ਗਰੜ ਪ੍ਰਾਣ ਦੀ ਕਥਾ ਵੀ ਝੂਠਾ, ਜਾਂ ਆਪ ਜੀ ਦੇ ਸਿੱਖ ਝੂਠੇ ਹਨ, ਕਿਉਂਕਿ ਸ਼ਾਸਤਰਾਂ ਦੇ ਵਿੱਚ ਪਰਲੋਕ ਦਾ ਜੋ ਰਸਤਾ ਇੱਕ ਸਾਲ ਦਾ ਲਿਖਿਆ ਹੈ, ਆਪ ਜੀ ਦੇ ਸਿੱਖ ਕਹਿ ਰਹੇ ਹਨ ਕਿ ਅਸੀਂ ਪੈਰਾਂ ਦੇ ਵਿੱਚ ਚਲੇ ਜਾਵਾਂਗੇ, ਪਲਾਂ ਦੇ ਵਿੱਚ ਪਹੁੰਚ ਸਕਦੇ ਹਾਂ, ਕਿਰਪਾ ਕਰਕੇ ਆਪ ਜੀ ਨਿਰਣਾ ਕਰੋ। ਸਤਿਗੁਰੂ ਜੀ ਨੇ ਕਿਹਾ ਕਿ ਪੰਡਿਤ ਜੀ ਨਾਰਾਜ਼ ਨਾ ਹੋਵੋ, ਕਿਉਂਕਿ ਤੁਹਾਡੇ ਸ਼ਾਸਤਰ ਵੀ ਸੱਚ ਹਨ ਅਤੇ ਸਾਡੇ ਸਿੱਖ ਵੀ ਸੱਚੇ ਹਨ। ਫਿਰ ਪੰਡਿਤ ਜੀ ਨੇ ਕਿਹਾ ਕਿ ਸਤਿਗੁਰੂ ਜੀ ਇਹ ਦੋਵੇਂ ਗੱਲਾਂ ਕਿਵੇਂ ਸੱਚੀਆਂ ਹੋ ਸਕਦੀਆਂ ਨੇ? ਤਾਂ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਆਗਿਆ ਦਿੱਤੀ ਕਿ ਆਪ ਪੰਡਿਤ ਜੀ ਨੂੰ ਇਸ ਗੱਲ ਦਾ ਭੇਦ ਸਮਝਾ ਦੇਵੋ। ਸਤਿਗੁਰੂਆਂ ਦੀ ਆਗਿਆ ਪਾ ਕੇ ਭਾਈ ਗੁਰਦਾਸ ਜੀ ਨੇ ਪੰਡਿਤ ਨੂੰ ਸਮਝਾਉਂਦੇ ਹੋਏ ਕਿਹਾ ਕਿ ਹੇ ਪੰਡਿਤ ਜੀ, ਵੇਦ ਵਿਆਸ ਜੀ ਨੇ ਤੁਹਾਡੇ ਸ਼ਾਸਤਰਾਂ ਦੇ ਵਿੱਚ ਇੱਕ ਸਾਲ ਦਾ ਜੋ ਰਸਤਾ ਪੈਂਡਾ ਦੱਸਿਆ ਅਤੇ ਪੁੰਨੀ ਅਤੇ ਪਾਪੀ ਲੋਕਾਂ ਦੀ ਗਤੀ ਬਾਰੇ ਲਿਖਿਆ ਹੈ, ਇਹ ਕਰਮ ਕਾਂਡ ਦੀ ਗੱਲ ਆਖੀ ਗਈ ਹੈ, ਪਰੰਤੂ ਸਿੱਖ ਪਾਪ ਪੁੰਨ ਤੋਂ ਪਰੇ ਹੈ। ਪਾਪ ਪੁੰਨ ਤੋਂ ਪਰੇ ਹੋ ਕੇ ਆਪਣੇ ਸਤਿਗੁਰੂ ਦੀ ਉਪਾਸ਼ਨਾ ਕਰਦੇ ਹਨ ਅਤੇ ਨਿਸ਼ਕਾਮ ਹੋ ਕੇ ਸਿਮਰਨ ਕਰਦੇ ਹਨ, ਅਤੇ ਪਾਪਾਂ ਪਾਪ ਤਾਂ ਕਰਦੇ ਹੀ ਨਹੀਂ ਅਤੇ ਪੁੰਨ ਕਰਕੇ ਫਲ ਦੀ ਇੱਛਾ ਵੀ ਨਹੀਂ ਕਰਦੇ, ਇਸ ਲਈ ਗੁਰੂ ਕੇ ਸਿੱਖ ਪਾਪ ਪੁੰਨਾਂ ਤੋਂ ਪਰੇ ਹਨ। ਪ੍ਰਾਣ ਤਾਂ ਕੇਵਲ ਪਾਪ ਤੇ ਪੁੰਨ ਦੀ ਹੀ ਵਿਚਾਰ ਕਰਦੇ ਹਨ, ਪਰੰਤੂ ਸਿੱਖਾਂ ਦੀ ਗਮਤਾ ਬਾਰੇ ਪ੍ਰਾਣਾਂ ਵਿੱਚ ਦਰਜ ਨਹੀਂ ਹੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਇਹ ਸੁਣ ਕੇ ਪੰਡਿਤ ਜੀ ਨੇ ਕਿਹਾ, ਸਤਿਗੁਰੂ ਜੀ ਮੈਨੂੰ ਇਸ ਗੱਲ ਉੱਤੇ ਨਿਸ਼ਚਾ ਕਿਵੇਂ ਹੋ ਸਕਦਾ? ਤਦ ਸਤਿਗੁਰਾਂ ਨੇ ਕਿਹਾ ਕਿ ਇਹ ਪੰਡਿਤ ਜੀ, ਜੇਕਰ ਨਿਸ਼ਚਾ ਚਾਹੁੰਦੇ ਹੋ ਤਾਂ ਗੁਰੂ ਘਰ ਸੇਵਾ ਅਤੇ ਵਾਹਿਗੁਰੂ ਮੰਤਰ ਦੀ ਕਮਾਈ ਕਰੋ। ਗੁਰੂ ਜੀ ਦਾ ਹੁਕਮ ਮੰਨ ਕੇ ਪੰਡਿਤ ਜੀ 6 ਮਹੀਨਿਆਂ ਤੱਕ ਕਮਾਈ ਕੀਤੀ। ਤਦ ਸਤਿਗੁਰਾਂ ਦੀ ਕਿਰਪਾ ਸਦਕਾ ਇਸ ਨੂੰ ਸਾਰੇ ਦੀਪਾਂ, ਲੋਹਾਂ, ਆਕਾਸ਼ਾਂ ਅਤੇ ਪਤਾਲਾਂ ਦੀ ਸਾਰੀ ਸੂਝਬੂਝ ਪ੍ਰਾਪਤ ਹੋ ਗਈ। ਪਲਾਂ ਦੇ ਵਿੱਚ ਇੱਕ ਸਾਲ ਵਿੱਚ ਪਰਲੋਕ ਦੇ ਰਸਤੇ ਨੂੰ ਪਲ ਵਿੱਚ ਤੈਅ ਕਰ ਸਕਦਾ ਹਾਂ। ਫਿਰ ਉਹੀ ਪੰਡਿਤ ਨੇ ਆਪ ਦੱਸਿਆ, ਇਹ ਗੁਰੂ ਕੇ ਸਿੱਖਾਂ ਦੀ ਗੁਰਮੁਖਾਂ ਦੀ ਮਹਿਮਾ ਹੈ, ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਕਹਿੰਦੇ ਭਾਈ, ਸਾਧ ਕੇ ਸੰਗ ਨਹੀਂ ਕਛ ਕਾਲ, ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਮੁਕਤੀ ਵਾਸਤੇ ਹੋਰ ਹੱਟ ਯੋਗ ਧੋਣੀਆਂ, ਜਲ ਧਾਰੇ ਆਦਿ
ਕੋਈ ਔਖੇ ਸਾਧਨਾਂ ਦੀ ਘਾਲ ਕਮਾਈ ਘਾਲਣ ਦੀ ਲੋੜ ਨਹੀਂ ਪੈਂਦੀ। ਬਸ ਦਰਸ਼ਨ ਭੇਟ ਧੋਤ ਨਿਹਾਲ, ਕਹਿੰਦੇ ਸਤਿਗੁਰਾਂ ਦੇ ਦੀਦਾਰੇ ਕਰਕੇ, ਬਾਣੀ ਪੜ੍ਹ ਕੇ, ਨਾਮ ਜਪ ਕੇ, ਪੁੱਤਰ ਕਲੱਤਰ ਵਿੱਚ ਗੱਤ ਪਾਈ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਕਹਿੰਦੇ ਇਹ ਮੁਕਤ ਹੋ ਜਾਂਦਾ। ਸਾਧ ਕੈ ਸੰਗ ਕਲੂ ਖਤ ਹਰੈ, ਕਹਿੰਦੇ ਭਾਈ ਸਾਧੂਆਂ ਦੀ ਸੰਗਤ ਕਰਨ ਕਰਕੇ ਕਲੂਖਤ ਭਾਵ ਕਾਲਖ ਵਾਲੇ ਪਾਪ ਨਾਸ਼ ਹੋ ਜਾਂਦੇ ਨੇ। ਕਿਲਵਿਕ ਪਾਪਾਂ ਤੋਂ ਮੁਕਤ ਹੋ ਜਾਂਦਾ ਜੀਵ। ਸਾਧ ਕੈ ਸੰਗ ਨਰਕ ਪਰ ਹਰੈ, ਕਹਿੰਦੇ ਭਾਈ ਨਰਕ ਵੀ ਪਰੇ ਰਹਿ ਜਾਂਦੇ ਨੇ। ਨਰਕਾਂ ਸਾਧੂ ਦਾ ਸੰਗੀ, ਕਹਿੰਦੇ ਨਰਕਾਂ ਦਾ ਕੋਈ ਉਹਨੂੰ ਉਹ ਨਹੀਂ, ਡਰ ਨਹੀਂ ਰਹਿੰਦਾ। ਨਰਕ ਨਾ ਡਿੱਠੜਿਆ ਸਿਮਰਤ ਨਾਰਾਇਣ, ਜਪ ਸਾਹਿਬ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ। ਸਾਧ ਕੈ ਸੰਗ ਇਹਾ ਊਹਾ ਸੁਹੇਲਾ, ਕਹਿੰਦੇ ਇੱਥੇ ਲੋਕ ਵਿੱਚ ਵੀ ਪਰਲੋਕ ਦੇ ਵਿੱਚ ਵੀ ਕਹਿੰਦੇ ਭਾਈ ਸੁਖੀ ਹੁੰਦਾ ਹੈ। ਸਾਧ ਸੰਗ ਵਿਚਰਤ ਹਰ ਮੇਲਾ, ਕਹਿੰਦੇ ਵਿਛੜਿਆ ਹੋਇਆ ਜੀਵ ਪਰਮਾਤਮਾ ਵਾਹਿਗੁਰੂ ਦਾ ਮਿਲਾਪ ਹੋ ਜਾਂਦਾ ਹੈ। ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਵਿਰਥਾ ਜਾਵੈ। ਕਹਿੰਦੇ ਭਾਈ ਜੋ ਇੱਛਾ ਮਨ ਦੇ ਵਿੱਚ ਜੋ ਇੱਛਾ, ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੁਭਾ ਲੋਰੈ ਸਾਧ ਸੰਗ ਇਹ ਹਉਮੈ ਸ਼ੂਰੈ। ਕਹਿੰਦੇ ਭਾਈ ਗੁਰਮੁਖ ਜਨ ਸੰਗਤ ਕਰਨ ਵਾਲੇ ਜੋ ਇੱਛਾ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਬਿਰਥਾ ਜਾਵੇ, ਕਹਿੰਦੇ ਬਿਰਥਾ ਨਹੀਂ ਜਾਂਦਾ। ਪਾਰ ਬ੍ਰਹਮ ਸਾਧ ਰਿਤ ਵਸੈ, ਕਹਿੰਦੇ ਭਾਈ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਕਹਿੰਦੇ ਹਿਰਦੇ ਵਿੱਚ ਆ ਵਸਦਾ। ਨਾਨਕ ਉਧਰੈ ਸਾਧ ਸੁਣ ਰਸੈ, ਕਹਿੰਦੇ ਭਾਈ ਕੰਨਾਂ ਦੇ ਨਾਲ ਗੁਰਮੁਖ ਜਨਾਂ ਦੇ ਰਸਨਾ ਤੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਵਿਚਾਰ ਸੁਣ ਕੇ ਨਾਨਕ ਉਧਰੈ ਸਾਧ ਸੁਣ ਰਸੈ, ਕਹਿੰਦੇ ਭਾਈ ਉਹਨਾਂ ਦਾ ਉਧਾਰ ਹੋ ਜਾਂਦਾ। ਸੋ ਇੱਥੇ ਸਮਾਪਤੀ ਕਰੀਏ, ਸਮਾਂ ਹੋ ਗਿਆ। ਜੋ ਆਖਰੀ ਪੰਗਤੀਆਂ ਦੀ ਦੋ ਵਿਚਾਰ ਹੈ ਵਿਸਥਾਰ ਦੇ ਨਾਲ, ਅੱਗੇ ਸਤਿਗੁਰ ਦੀ ਕਿਰਪਾ ਦੇ ਨਾਲ ਕਰਨ ਦਾ ਯਤਨ ਕਰਾਂਗੇ। ਆਓ ਆਖਰੀ ਪੰਗਤੀ ਪੜ੍ਹ ਕੇ ਸਮਾਪਤੀ ਕਰੀਏ ਜੀ। ਵਿਚਾਰਾਂ ਕਰਦੇ ਹਾਂ, ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਜੋ ਇੱਛਾ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਵਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਤ ਵਸੈ, ਨਾਨਕ ਉਧਰੈ ਸਾਧ ਸੁਣ ਰਸੈ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ, ਦਿਵਸ ਰਾਤ ਦੋਏ ਦਾਈ ਦਇਆ,
ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।